जलंधर में आज चौथे दिन भी पुलिस और सीआरपीएफ के जवानों के साथ पुलिस अधिकारियों ने फ्लैग मार्च निकालकर लॉ एंड ऑर्डर की स्थिति को मेंटेन करने के लिए शहर के नागरिकों से अपील की है। अगर कोई झूठी अफवाह फैलाने वाले व्यक्ति के बारे में जानकारी मिलती है तो उसे तुरंत पुलिस को बताया जाए ताकि पुलिस उन लोगों पर कानूनी कार्रवाई कर सके। फ्लैग मार्च जी लॉ एंड ऑर्डर की जिहड़ी स्थिति है बिल्कुल उन्हूं कंट्रोल च रखण वास्ते ते अच्छे बंदियां नूं जिहड़ा शहर निवासियां नूं उन्हां नूं सिक्योर होण ते जिहड़ा माड़ा आंसर है उन्हूं स्नैप कर ते फ्लैग मार्च कीता है। ते साढ़े पैरामिलिट्री फोर्स सीआरपीएफ तों वी साडे नाल कमांड साहब है इहनां दे वी जिहड़े आ ते साढ़े डिस्ट्रिक्ट पुलिस दे जिहड़ा कमिश्नरेट फोर्स दे ਉਹ ਸਾਰੇ ਜਿਹੜੇ ਮੁਲਾਜ਼ਮ ਆ ਉਹਨਾਂ ਦੇ ਨਾਲ ਅਸੀਂ ਇਹ ਫਲੈਗ ਮਾਰਚ ਕਰ ਰਹੇ। ਕਿੰਨੀਆਂ ਕੰਪਨੀਆਂ ਤੇ ਰਾਤ ਕੀਤੀ ਗਈ ਇਹਦੇ ਵਿੱਚ? ਤਕਰੀਬਨ 150 ਦੇ ਲਗਭਗ ਜਿਹੜੇ ਸੀਆਰਪੀਐਫ ਦੇ ਜਿਹੜੇ ਸਾਡੇ ਕੋਲ ਜਵਾਨ ਹੈ ਤੇ ਕਿੱਥੇ ਕਿੱਥੇ ਕੱਢਿਆ ਜਾਏਗਾ? ਤੇ ਸ਼ਹਿਰ ਦੇ ਵੱਖ ਵੱਖ ਸਾਰੇ ਏਰੀਆ ਦੇ ਵਿੱਚ ਕੱਢਿਆ ਜਾਏਗਾ। ਤੇ ਪਬਲਿਕ ਨੂੰ ਕੋਈ ਅਪੀਲ? ਪਬਲਿਕ ਨੂੰ ਅਪੀਲ ਹੈ ਵੀ ਲਾਅ ਐਂਡ ਆਰਡਰ ਜਿਹੜਾ ਬਰਕਰਾਰ ਰੱਖਣਾ ਚਾਹੀਦਾ। ਜੇ ਕੋਈ ਮਾੜਾ ਅਨਸਰ ਜਾਂ ਕੋਈ ਗਲਤ ਅਫਵਾਹ ਫੈਲਾਉਂਦਾ ਉਹਦੇ ਬਾਰੇ ਸਾਨੂੰ ਸਹੀ ਟਾਈਮ ਤੇ ਜਾਣਕਾਰੀ ਦਿੱਤੀ ਜਾਵੇ। ਸਰ ਕੋਈ ਜਿਹੜਾ ਇਹ ਆਪਰੇਸ਼ਨ ਚੱਲ ਰਿਹਾ ਤੇ ਹੁਣ ਕੋਈ ਲੇਟੈਸਟ ਅਪਡੇਟ ਹੈ ਕੋਈ ਜਿਹੜਾ? ਦੇਖੋ ਇਹ ਆਲਰੇਡੀ ਜਿਹੜਾ ਚੱਲ ਰਿਹਾ ਤੁਸੀਂ ਨਿਊਜ਼ 'ਚ ਵੀ ਆਪਣਾ ਤੇ ਭਾਈ ਅੰਮ੍ਰਿਤਪਾਲ ਜਲਦ ਜਿਹੜੀ ਅਰੈਸਟ ਹੋ ਜਾਵੇ। ਭਾਈ ਅੰਮ੍ਰਿਤਪਾਲ ਸਿੰਘ ਇਸ ਟਾਈਮ ਹੈ ਕਿੱਥੇ? ਪੰਜਾਬ 'ਚ? ਪੰਜਾਬ ਤੋਂ ਬਾਹਰ ਹੈ? ਲੋਕ ਵੀ ਪੁੱਛਣਾ ਚਾਹੁੰਦੇ ਆ ਪੁਲਿਸ ਦੀ ਕਸਟਡੀ 'ਚ ਹੈ? ਇਹ ਤੋਂ ਬਾਅਦ ਜਦੋਂ ਅਰੈਸਟ ਹੋਏਗੀ ਫਿਰ ਗੱਲ ਕਲੀਅਰ ਹੋ ਜਾਏਗੀ। ਅੱਛਾ, 3 ਦਿਨ ਹੋ ਗਏ ਨੇ, 3 ਦਿਨ ਤੋਂ ਹੀ ਹਾਲੇ ਤੱਕ ਅਰੈਸਟ ਨਹੀਂ ਪਈ ਹੈਗੀ ਆ, ਲੇਕਿਨ ਸੀਸੀਟੀਵੀ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਲਾਸਟ ਵੀਕ। ਤਾਂ ਹੀ ਕਿਹਾ ਨਾ ਵੀ ਗਲਤ ਜਿਹੜੀਆਂ ਅਫਵਾਹਾਂ ਉਹਦੇ ਵਿੱਚ ਨਹੀਂ, ਜੋ ਹੋਏਗਾ ਉਹ ਸਾਰਿਆਂ ਨੂੰ ਟ੍ਰਾਂਸਪੇਰੈਂਟ ਤਰੀਕੇ ਨਾਲ ਸਾਹਮਣੇ। ਸਰ ਓਵਰਆਲ ਜਲੰਧਰ ਸ਼ਹਿਰ ਦੀ ਸਥਿਤੀ ਹੁਣ ਦੀ ਕੀ ਹੈ, ਮਤਲਬ ਕਿਵੇਂ ਚੱਲ ਰਿਹਾ? ਜਲੰਧਰ ਦਾ ਲਾਅ ਐਂਡ ਆਰਡਰ ਬੜਾ ਪੀਸਫੁਲ ਹੈ ਤੇ ਜਲੰਧਰ ਦੇ ਜਿਹੜੇ ਨਿਵਾਸੀ ਆ ਬੜੇ ਸਿਆਣੇ ਆ, ਸੂਝਵਾਨ ਆ, ਉਹ ਹਰ ਚੀਜ਼ ਨੂੰ ਸਮਝਦੇ ਤੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਤੇ ਸਾਡੀ ਫੋਰਸ ਵੀ ਜਿਹੜੀ ਆ ਉਹਦੀ ਡਿਪਲੋਇਮੈਂਟ ਜਿਹੜੀ ਹੈ ਬਿਲਕੁਲ ਜੋ ਲੋੜ ਅਨੁਸਾਰ ਡਿਪਲੋਇਮੈਂਟਸ ਅਸੀਂ ਕੀਤੀ। ਠੀਕ ਹੈ।